ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਗੱਲ ਕਰਾਂਗੇ ਕਿ ਸਾਡੇ ਦੇਸ਼ 'ਤੇ ਜੇਕਰ ਅੰਗਰੇਜ਼ 200 ਸਾਲ ਰਾਜ ਨਾ ਕਰਦੇ ਤਾਂ ਸਾਡੇ ਦੇਸ਼ ਦੀ ਤਸਵੀਰ ਕਿੱਦਾਂ ਦੀ ਹੋਣੀ ਸੀ। ਅਤੇ ਕਈ ਲੋਕਾਂ ਦਾ ਤਾਂ ਇਹ ਮੰਨਣਾ ਕਿ ਜੇਕਰ ਅੰਗਰੇਜ਼ ਰਾਜ ਨਾ ਹੋਇਆ ਹੁੰਦਾ ਸਾਡੇ 'ਤੇ ਤਾਂ ਅਸੀਂ ਅੱਜ ਵੀ ਗਰੀਬ ਅਤੇ ਕਮਜ਼ੋਰ ਦੇਸ਼ ਦੇ ਨਾਗਰਿਕ ਹੋਣਾ ਸੀ। ਸੋ ਜੇਕਰ ਤੁਸੀਂ ਇਹ ਇੰਟਰਸਟਿੰਗ ਵਿਸ਼ੇ 'ਤੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਜਿਵੇਂ ਤੁਸੀਂ ਸਾਡੀ ਵੀਡੀਓ ਨੂੰ ਮੋਟੀਵੇਟ ਹੁੰਦੇ ਹੋ ਉੱਦਾਂ ਹੀ ਅਸੀਂ ਤੁਹਾਡੇ ਲਾਈਕ ਨਾਲ ਮੋਟੀਵੇਟ ਹੁੰਦੇ ਹਾਂ। ਅਤੇ ਜੇਕਰ ਗੱਲ ਕਰੀਏ ਇੰਡੀਆ ਦੀ, ਇੰਡੀਆ ਅੱਜ ਇੱਕ ਬਹੁਤ ਜ਼ਿਆਦਾ ਸਪੀਡ ਨਾਲ ਗਰੋ ਕਰਨ ਵਾਲੀ ਕੰਟਰੀ ਬਣ ਚੁੱਕੀ ਆ। ਪਰ ਕੀ ਕਦੇ ਤੁਸੀਂ ਸੋਚਿਆ ਕਿ ਜੇਕਰ ਅੰਗਰੇਜ਼ਾਂ ਨੇ ਸਾਡੇ 'ਤੇ ਰਾਜ ਨਾ ਕੀਤਾ ਹੁੰਦਾ ਤਾਂ ਸਾਡਾ ਦੇਸ਼ ਕਿਵੇਂ ਦਾ ਹੋਣਾ ਸੀ? ਪਰ ਜੇਕਰ ਅਸੀਂ ਦੇਖੀਏ ਇੰਡੀਆ 'ਤੇ ਸਿਰਫ ਅੰਗਰੇਜ਼ਾਂ ਨੇ ਰਾਜ ਨਹੀਂ ਕੀਤਾ ਸੀ, ਹੋਰ ਕਈ ਦੇਸ਼ਾਂ ਨੇ ਰਾਜ ਕੀਤਾ ਸੀ। ਅਤੇ ਜੇਕਰ ਅੰਗਰੇਜ਼ਾਂ ਨੇ ਇੰਡੀਆ 'ਤੇ 200 ਸਾਲ ਰਾਜ ਕੀਤਾ ਤਾਂ ਮੁਗਲਾਂ ਨੇ ਉੱਥੇ ਇੰਡੀਆ 'ਤੇ 400 ਸਾਲ ਰਾਜ ਕੀਤਾ। ਪਰ ਫਿਰ ਵੀ ਅਸੀਂ ਅੰਗਰੇਜ਼ਾਂ ਨੂੰ ਇਹ ਕਿਉਂ ਯਾਦ ਕਰਦੇ ਹਾਂ, ਉਹਨਾਂ ਦੀਆਂ ਕਿਉਂ ਬੁਰਾਈਆਂ ਕਰਦੇ ਹਾਂ? ਕਿਉਂਕਿ ਮੁਗਲਾਂ ਨੇ 400 ਸਾਲ ਰਹਿ ਕੇ ਵੀ ਇੰਡੀਆ ਦਾ ਇੰਨਾ ਬੁਰਾ ਹਾਲ ਨਹੀਂ ਕੀਤਾ ਸੀ ਜਿੰਨਾ ਅੰਗਰੇਜ਼ਾਂ ਨੇ 200 ਸਾਲ ਵਿੱਚ ਕਰ ਦਿੱਤਾ ਸੀ। ਅਤੇ ਜੇਕਰ ਅੰਗਰੇਜ਼ ਸਾਡੇ 'ਤੇ ਰਾਜ ਨਾ ਕਰਦੇ ਤਾਂ ਅੱਜ ਇੰਡੀਆ ਇੱਕ ਬਹੁਤ ਅਮੀਰ ਦੇਸ਼ ਹੁੰਦਾ, ਕਿਉਂਕਿ ਉਸ ਸਮੇਂ ਅੰਗਰੇਜ਼ ਹਰ ਸਾਲ ਇੰਡੀਆ ਤੋਂ 4 ਮਿਲੀਅਨ ਪਾਉਂਡ ਲੈ ਕੇ ਜਾਂਦੇ ਸੀ। ਅਤੇ ਹੁਣ ਤੁਸੀਂ ਇੱਕ ਵਾਰੀ ਸੋਚ ਕੇ ਜ਼ਰੂਰ ਦੇਖਿਓ ਕਿ ਉਸ ਸਮੇਂ ਦੇ 4 ਮਿਲੀਅਨ ਪਾਉਂਡ ਅੱਜ ਦੇ ਸਮੇਂ ਵਿੱਚ ਕਿੰਨੇ ਬਣ ਜਾਣਗੇ। ਅਤੇ ਇਹ ਕਾਰਨਾਂ ਕਰਕੇ ਸਾਡਾ ਦੇਸ਼ ਅੰਦਰੋਂ ਬਿਲਕੁਲ ਖੋਖਲਾ ਹੋ ਚੁੱਕਿਆ ਸੀ। ਅਤੇ ਜੇਕਰ ਅਸੀਂ ਦੇਖੀਏ 17ਵੀਂ ਸਦੀ ਦੇ ਵਿੱਚ ਇੰਡੀਆ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਐਕਸਪੋਰਟ ਕਰਨ ਵਾਲਾ ਦੇਸ਼ ਸੀ। ਅਤੇ ਉਸ ਸਮੇਂ ਇੰਡੀਆ ਦੀ GDP 27% ਤੋਂ ਵੀ ਜ਼ਿਆਦਾ ਸੀ, ਮਤਲਬ ਕਿ ਪੂਰੀ ਦੁਨੀਆ ਵਿੱਚੋਂ 27% ਉਤਪਾਦ ਸਿਰਫ ਇੰਡੀਆ ਕਰਦਾ ਸੀ, ਜੋ ਕਿ ਇੱਕ ਬਹੁਤ ਵੱਡੀ ਗੱਲ ਹੈ। ਪਰ ਜਦੋਂ 1947 ਦੇ ਵਿੱਚ ਇੰਡੀਆ ਆਜ਼ਾਦ ਹੋਇਆ ਤਾਂ ਇੰਡੀਆ ਦੀ GDP 27% ਤੋਂ ਘੱਟ ਕੇ 3% 'ਤੇ ਆ ਗਈ ਸੀ। ਅਤੇ GDP ਘਟਣ ਤੋਂ ਬਾਅਦ ਸਾਡੇ ਦੇਸ਼ ਦੀ ਆਬਾਦੀ ਵੀ ਘਟਣ ਲੱਗ ਗਈ ਸੀ, ਕਿਉਂਕਿ ਜਦੋਂ ਉਸ ਤੋਂ ਬਾਅਦ World War II ਸ਼ੁਰੂ ਹੋਈ, ਮਤਲਬ ਕਿ ਦੂਸਰੇ ਵਿਸ਼ਵ ਯੁੱਧ ਨਾਲ ਸਾਡੇ ਇੰਡੀਆ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ। ਪਰ ਅੰਗਰੇਜ਼ੀ ਹਕੂਮਤ ਦੇ ਹੋਣ ਕਾਰਨ ਸਾਡੇ ਲੱਖਾਂ ਹੀ ਜਵਾਨਾਂ ਨੂੰ World War II ਦੇ ਵਿੱਚ ਜਾ ਕੇ ਆਪਣੀ ਜਾਨ ਗਵਾਉਣੀ ਪਈ। ਅਤੇ ਉਸ ਸਮੇਂ ਇੱਕ ਇਨਸਾਨ ਦੀ ਉਮਰ ਸਿਰਫ 27 ਸਾਲ ਤੱਕ ਦੀ ਰਹਿੰਦੀ ਸੀ, ਕਿਉਂਕਿ ਇੰਡੀਆ ਦੇ ਨਾਗਰਿਕਾਂ ਦਾ ਅਨਾਜ ਅੰਗਰੇਜ਼ ਸਰਕਾਰ ਉਹਨਾਂ ਤੋਂ ਲੈ ਕੇ ਯੁੱਧ ਵਿੱਚ ਲੜ ਰਹੇ ਜਵਾਨਾਂ ਨੂੰ ਭੇਜ ਦਿੰਦੀ ਸੀ। ਅਤੇ ਇਹ ਸਮੇਂ ਬੰਗਾਲ ਅਤੇ ਬਿਹਾਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀ, ਕਿਉਂਕਿ ਬਹੁਤ ਭਾਰੀ ਸੰਖਿਆ ਦੇ ਵਿੱਚ ਉੱਥੋਂ ਦੀ ਆਬਾਦੀ ਭੁੱਖਮਰੀ ਕਾਰਨ ਮਰ ਗਈ ਸੀ, ਕਿਉਂਕਿ ਇੱਕ ਪਾਸੇ ਯੁੱਧ ਦੇ ਵਿੱਚ ਵੀ ਸਾਡੇ ਦੇਸ਼ ਦੇ ਜਵਾਨ ਮਰ ਰਹੇ ਸੀ ਅਤੇ ਦੂਸਰੇ ਪਾਸੇ ਸਾਡੇ ਦੇਸ਼ ਵਿੱਚ ਭੁੱਖ ਦੇ ਨਾਲ ਮਰ ਰਹੇ ਸੀ। ਅਤੇ ਬਾਕੀ ਤੁਸੀਂ ਸਕਰੀਨ 'ਤੇ ਦੇਖ ਹੀ ਸਕਦੇ ਹੋ ਉਸ ਵੇਲੇ ਦੀਆਂ ਕੁਝ ਤਸਵੀਰਾਂ। ਪਰ ਇਹਦੇ ਨਾਲ ਨਾਲ ਇੱਕ ਸੱਚਾਈ ਹੋਰ ਵੀ ਆ ਕਿ ਇੰਡੀਆ ਦੀ ਫੌਜ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ਫੌਜ ਦੇ ਵਿੱਚੋਂ ਇੱਕ ਆ। ਇਹਨੂੰ ਇੱਦਾਂ ਦਾ ਬਣਾਉਣ ਵਿੱਚ ਕਿਤੇ ਨਾ ਕਿਤੇ ਅੰਗਰੇਜ਼ਾਂ ਦਾ ਹੀ ਯੋਗਦਾਨ ਆ, ਕਿਉਂਕਿ World War II ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਸਾਡੇ ਦੇਸ਼ ਦੇ ਜਵਾਨਾਂ ਨੂੰ ਗੋਲਾਬਾਰੀ, ਆਧੁਨਿਕ ਹਥਿਆਰ ਅਤੇ ਹੋਰ ਬਹੁਤ ਸਾਰੀਆਂ ਨੌਲੇਜਾਂ ਦੇ ਬਾਰੇ ਪਤਾ ਲੱਗਿਆ। ਅਤੇ ਕਈ ਚੀਜ਼ਾਂ ਹਾਲੇ ਵੀ ਇੰਡੀਆ ਦੇ ਵਿੱਚ ਹੈਗੀਆਂ ਨੇ ਜੋ ਸਾਨੂੰ ਅੰਗਰੇਜ਼ਾਂ ਦੇ ਕਾਰਨ ਹੀ ਮਿਲੀਆਂ, ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਇੱਕ ਪ੍ਰਥਾ ਸੀ ਜਿਹਨੂੰ ਕਹਿੰਦੇ ਸੀ ਸਤੀ ਪ੍ਰਥਾ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ, ਪਰ ਫਿਰ ਵੀ ਅਸੀਂ ਦੱਸ ਦਿੰਦੇ ਹਾਂ ਕਿ ਜਦੋਂ ਉਸ ਸਮੇਂ ਪਤੀ ਮਰ ਜਾਂਦਾ ਸੀ ਤਾਂ ਉਸ ਦੀ ਚਿਤਾ ਦੇ ਵਿੱਚ ਉਸ ਦੀ ਪਤਨੀ ਨੂੰ ਜਿੰਦਾ ਅੱਗ ਦੇ ਵਿੱਚ ਜਲ ਕੇ ਮਰਨਾ ਪੈਂਦਾ ਸੀ। ਅਤੇ ਇਹ ਪ੍ਰਥਾ ਨੂੰ ਰੋਕਣ ਲਈ ਅਕਬਰ ਅਤੇ ਔਰੰਗਜ਼ੇਬ ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ, ਪਰ ਉਹ ਵੀ ਇਸ 'ਤੇ ਰੋਕ ਨਹੀਂ ਲਗਾ ਸਕੇ ਸੀ। ਅਤੇ ਇਸ ਦੇ ਖਿਲਾਫ ਸਹਾਜਨਨ ਸਵਾਮੀ ਅਤੇ ਰਾਜਾ ਰਾਮ ਮੋਹਨ ਰਾਏ, ਇਹਨਾਂ ਦੋਨਾਂ ਨੇ ਇਸ 'ਤੇ ਬਹੁਤ ਕਠਿਨਾਈਆਂ ਨਾਲ ਰੋਕ ਲਗਾਈ, ਅਤੇ ਜਿਸ 'ਤੇ ਅੰਗਰੇਜ਼ ਸਰਕਾਰ ਨੇ ਵੀ ਇਹਨਾਂ ਦਾ ਸਾਥ ਦਿੱਤਾ। ਅਤੇ ਹਿੰਦੂ ਸਮਾਜ ਦੇ ਵਿਰੋਧ ਕਰਨ ਤੋਂ ਬਾਅਦ ਵੀ ਅੰਗਰੇਜ਼ ਸਰਕਾਰ ਨੇ ਇਸ ਚੀਜ਼ 'ਤੇ ਬੈਨ ਨਹੀਂ ਹਟਾਇਆ। ਅਤੇ ਕਈ ਲੋਕਾਂ ਦਾ ਸੋਚਣਾ ਇਹ ਵੀ ਹੈ ਕਿ ਅੰਗਰੇਜ਼ ਰਾਜ ਕਾਰਨ ਹੀ ਸਾਡੇ ਕੋਲ ਰੇਲਵੇ ਸਿਸਟਮ, ਐਜੂਕੇਸ਼ਨ ਸਿਸਟਮ ਅਤੇ ਹੋਰ ਕਈ ਨਵੀਆਂ ਤਕਨੀਕਾਂ ਆਈਆਂ। ਪਰ ਸੋਚਣ ਵਾਲੀ ਗੱਲ ਇਹ ਆ ਕਿ ਜੇਕਰ ਅੰਗਰੇਜ਼ ਨਾ ਆਉਂਦੇ ਤਾਂ ਕਿਹੜਾ ਅਸੀਂ ਬੈਠੇ ਰਹਿਣਾ ਸੀ? ਕਿ ਅਸੀਂ ਆਪਣੇ ਦੇਸ਼ ਵਿੱਚ ਰੇਲਵੇ ਨਾ ਲੈ ਕੇ ਆਉਂਦੇ? ਹੋ ਸਕਦਾ ਉਹਨਾਂ ਤੋਂ ਵੀ ਵਧੀਆ ਸਾਡੇ ਦੇਸ਼ ਵਿੱਚ ਅੱਜ ਰੇਲਵੇ ਹੁੰਦੀ ਜਾਂ ਹੋਰ ਬਹੁਤ ਕੁਝ ਹੁੰਦਾ, ਕਿਉਂਕਿ ਸਾਡੇ ਦੇਸ਼ ਕੋਲ ਬਹੁਤ ਜ਼ਿਆਦਾ ਪੈਸਾ ਸੀ। ਪਰ ਜੇਕਰ ਅਸੀਂ ਇੱਕ ਪਾਸੇ ਦੇਖੀਏ, ਉਹਨਾਂ ਤੋਂ ਅਸੀਂ ਆਜ਼ਾਦ ਹੋ ਗਏ ਹਾਂ ਪਰ ਅਸੀਂ ਅੱਜ ਵੀ ਇੱਕ ਤਰ੍ਹਾਂ ਦੇ ਗੁਲਾਮ ਹੀ ਹਾਂ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਇੰਡੀਆ ਦਾ ਐਜੂਕੇਸ਼ਨ ਸਿਸਟਮ ਦੇਖ ਸਕਦੇ ਹੋ, ਕਿਉਂਕਿ ਜੇਕਰ ਤੁਹਾਨੂੰ ਆਪਣੇ ਹੀ ਦੇਸ਼ ਵਿੱਚ ਜੌਬ ਚਾਹੀਦੀ ਹੈ ਤਾਂ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਆ। ਅਤੇ ਜੋ ਸਾਡੇ ਸਾਹਮਣੇ
ਭਾਵੇਂ ਹਿੰਦੀ ਬੋਲਦਾ ਅਸੀਂ ਉਹਨੂੰ ਛੋਟਾ ਫੀਲ ਕਰਾਉਂਦੇ ਹਾਂ ਅਤੇ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਇੰਗਲਿਸ਼ ਦੇ ਬਿਨਾਂ ਅਸੀਂ ਕੋਈ ਬਿਜ਼ਨਸ ਨਹੀਂ ਕਰ ਸਕਦੇ। ਸੋ ਇਹ ਪ੍ਰੋਬਲਮ ਸਾਡੇ ਆਪਦੇ ਕਾਰਨ ਹੀ ਬਣੀ ਆ ਕਿਉਂਕਿ ਸਾਡੀ ਆਪਦੀ ਲੈਂਗੁਏਜ ਇੰਨੀ ਛੋਟੀ ਰਹਿ ਚੁੱਕੀ ਆ, ਤਾਂ ਕਰਕੇ ਸਾਨੂੰ ਇੰਗਲਿਸ਼ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪਰ ਹਰ ਇੱਕ ਵੱਡਾ ਦੇਸ਼ ਆਪਦੀ ਲੈਂਗੁਏਜ ਨੂੰ ਵੱਡੀ ਰੱਖਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਕਿ ਯੂਰਪ ਦੇ ਵਿੱਚ ਦੇਖੀਏ, ਫਰਾਂਸ ਫਰੈਂਚ ਬੋਲਦਾ, ਇਟਲੀ ਇਟਾਲੀਅਨ ਬੋਲਦਾ, ਅਤੇ ਯੂਰਪ ਤੋਂ ਦੂਰ ਦੀ ਗੱਲ ਆ, ਤੁਸੀਂ ਏਸ਼ੀਆ ਦੇ ਵਿੱਚ ਹੀ ਦੇਖ ਲਓ, ਜਿਵੇਂ ਕਿ ਚਾਈਨਾ, ਸਾਊਥ ਕੋਰੀਆ, ਜਪਾਨ, ਇਹ ਸਾਰੇ ਦੇਸ਼ ਆਪਦੀ ਖੁਦ ਦੀ ਮਾਤਰ ਭਾਸ਼ਾ ਬੋਲਦੇ ਨੇ। ਪਰ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਅੱਜ ਬਹੁਤ ਸਾਰੀਆਂ ਭਾਸ਼ਾ ਨੇ, ਪਰ ਉਹ ਸਮੇਂ ਦੀ ਕਾਮਨ ਲੈਂਗੁਏਜ ਸੰਸਕ੍ਰਿਤ ਸੀ। ਅਤੇ ਲਾਸਟ ਵਿੱਚ ਇਹੀ ਗੱਲ ਕਹਿੰਦੇ ਹਾਂ ਕਿ ਜੇਕਰ ਸਾਡੇ ਦੇਸ਼ ਵਿੱਚ ਬ੍ਰਿਟਿਸ਼ ਨਾ ਆਉਂਦੇ ਤਾਂ ਸਾਡਾ ਦੇਸ਼ ਅੱਜ ਬਹੁਤ ਉੱਪਰ ਹੁੰਦਾ। ਪਰ ਜੇਕਰ ਸਾਡਾ ਅੱਜ ਦਾ ਯੂਥ ਫਿਊਚਰ ਵਿੱਚ ਕੁਝ ਨਵਾਂ ਕਰਨ ਬਾਰੇ ਸੋਚੇਗਾ ਤਾਂ ਸਾਡੇ ਦੇਸ਼ ਨੂੰ ਇੱਕ ਬਹੁਤ ਵੱਡੀ ਉਚਾਈ 'ਤੇ ਜਾਣ ਲਈ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕਿਉਂਕਿ ਸਮਾਂ ਬਦਲਣ ਲੱਗੇ ਟਾਈਮ ਨਹੀਂ ਲੱਗਦਾ। ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਹੋਰ ਦੋਸਤਾਂ ਤੱਕ ਵੀ ਪਹੁੰਚ ਸਕੇ। ਅਤੇ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ।